ਆਵੇ ਭਰਿਆ ਪਿਆ ਮੇਰੇ ਸਮਾਨ ਨਾਲ ਬਈ ਥੁੰਨਿਆ ਵਾ ਇੱਕਦਮ ਇੰਨਾ ਫਾਇਦਾ ਚੱਕ ਰਹੀਆਂ ਬੈਗ ਦਾ ਮੇਰੇ ਨਾ ਹਰ ਗੇੜੇ ਦੇ ਵਿੱਚ ਬੈਗ ਹੁੰਦਾ ਇੱਕ ਸਪੈਸੀਫਿਕ ਬੈਗ ਜਿਹੜਾ ਕਿ ਹਰ ਟਾਈਮ ਮੇਰੇ ਨਾਲ ਰਹਿੰਦਾ ਜਿੱਥੇ ਮਰਜ਼ੀ ਜਾਵਾਂ ਅਤੇ ਜੇ ਊਂ ਮੈਂ ਚੇਂਜ ਕਰਨਾ ਹੋਵੇ ਤਾਂ ਸਾਈਡ ਤੋਂ ਹੀ ਚੱਕ ਲੂੰਗੀ ਖਾਲੀ ਪਰ ਆਹ ਹਮੇਸ਼ਾ ਗੱਡੀ 'ਚ ਹੁੰਦਾ ਇਸ ਵਾਰੀ ਆਹ ਬਣਾ ਰੱਖਿਆ ਮੈਂ ਗੈਸ ਹੁਣ ਅਸੀਂ ਚੱਲੇ ਸ਼ੂਟ 'ਤੇ ਸਾਡਾ ਲੁਧਿਆਣੇ ਵਿੱਚ ਸ਼ੂਟ ਆ ਵੈਸੇ ਤਾਂ ਅਸੀਂ ਕੱਪੜੇ ਚੱਕਣੇ ਸੀਗੇ ਉੱਥੇ ਰਾਤ ਨੂੰ ਰਹਿਣ ਲਈ ਪਰ ਕਿੰਨੂੰ ਕਹਿੰਦੀ ਮੈਂ ਘਰੋਂ ਬੈਟਰ ਰੈਡੀ ਹੋ ਸਕਦੀ ਹਾਂ ਮੈਂ ਘਰੇ ਰੈਡੀ ਹੋ ਕੇ ਜਾਊਂਗੀ ਕਿਉਂਕਿ ਕੱਲ੍ਹ ਵੀ ਸ਼ੂਟ ਆ ਸਾਡਾ ਅਤੇ ਅਸੀਂ ਸੋਚਿਆ ਸੀਗਾ ਕਿ ਅਸੀਂ ਉੱਥੇ ਰਹਿ ਜਾਵਾਂਗੇ ਲੁਧਿਆਣੇ ਬਟ ਆਈ ਥਿੰਕ ਘਰੇ ਹੀ ਵਾਪਸ ਆ ਰਹਾਂਗੇ ਐਡ ਵੀ ਦੂਰ ਨਹੀਂ ਐਡ ਸੀ ਜੇ ਜ਼ਿਆਦਾ ਲੇਟ ਹੋ ਗਏ ਤਾਂ ਰਹਿ ਜਾਵਾਂਗੇ ਕੱਪੜੇ ਉੱਥੋਂ ਖਰੀਦ ਲਾਂਗੇ ਹਾਂ ਤੂੰ ਪਕੜੀ ਗਈ ਆਹ ਜਿਹੜੀ ਕਾਲੀ ਚਾਹ ਬਣਾ ਕੇ ਗਈ ਆ ਸਪੈਸ਼ਲ ਅਮਲੀ ਵਾਲੀ ਮੇਰਾ ਗਲਾ ਦੁੱਖ ਰਿਹਾ ਮੇਰੇ ਚਾਚੀ ਜੀ ਨੇ ਕਿਹਾ ਅਦਰਕ ਉਦਰਕ ਵਾਲੀ ਹੈ ਨਾ ਇਹ ਚਾਚੀ ਜੀ ਕਹਿੰਦੇ ਕਿਨੂੰ ਬਣਾ ਕੇ ਗਈ ਆ ਆਹ ਪਿੱਛੇ ਬਣਾਈ ਤਾਂ ਨਹੀਂ ਹੈਗੀ ਤੂੰ ਦੱਸਿਆ ਤਾਂ ਮੈਨੂੰ ਹੈ ਨਾ ਇਹਨਾਂ ਨੇ ਮੈਂ ਕਹਿ ਰਿਹਾ ਗਲਾ ਦੁੱਖ ਦੋਵਾਂ ਨੇ ਇੱਕ ਦੂਜੇ ਨੂੰ ਕਹਿਤਾ ਬਲੇਮ ਗੇਮ ਚੱਲ ਰਹੀ ਆ ਐਸੀ ਨਹੀਂ ਪੀਣੀ ਮੈਂ ਇਹਦਾ ਹੁਣ ਦੇਖ ਕੇ ਕੈਮਰੇ 'ਚ ਦੇਖ ਕੇ ਕਹਿ ਰਹੀ ਹੈ ਇੰਨੀ ਇੰਨੀ ਖਿੱਚੀ ਜਾਂਦੀ ਮੈਨੂੰ ਪਤਾ ਤੇਰਾ ਐਡਾ ਕੱਪ ਭਰ ਲਿਆ ਇਹਦਾ ਡੈਡੀ ਤੋਂ ਵੀ ਵੱਧ ਭਰਦੀ ਆ ਹੁਣ ਕੱਪ ਇੰਨੀ ਨਹੀਂ ਪੀਂਦੀ ਤਾਂ ਅੱਧੀ ਪੀਂਦੀ ਆ ਉਹ ਤਾਂ ਉਹ ਹੋ ਗਿਆ ਇਹ ਥੋੜ੍ਹੀ ਜ਼ਿਆਦਾ ਘੱਟ ਹੋ ਗਈ ਰੁਕੇ ਹਾਈ ਬੋਲੇ ਕਿਵੇਂ ਆ ਆ ਵੀ ਓਲੇ ਦੇ ਅਚਕਣ ਸੋਣੀ ਅਚਕਣ ਤਾਂ ਸੋਣੀ ਦੇ ਆ ਅੱਜ ਸਾਡੇ ਤੁਹਾਡੇ ਗਲੇ ਖਰਾਬ ਨੇ ਔਰੇਂਜ ਜੂਸ ਪੀਵਾਂਗੇ ਓਨਲੀ ਔਰੇਂਜ ਤਾਂ ਗਾਇਸ ਲੋਕਾਂ ਨੂੰ ਬਹੁਤ ਭੁਲੇਖਾ ਵੀ ਜੋ ਤੁਹਾਡਾ ਗਲਾ ਖਰਾਬ ਹੁੰਦਾ ਵੀ ਤੁਸੀਂ ਔਰੇਂਜ ਨਹੀਂ ਖਾ ਸਕਦੇ ਸਾਨੂੰ ਕਿਸੇ ਡਾਕਟਰ ਨੇ ਦੱਸਿਆ ਸੀ ਵੀ ਕਹਿੰਦੇ ਜੋ ਤੁਹਾਡਾ ਗਲਾ ਖਰਾਬ ਹੁੰਦਾ ਨਾ ਉਦੋਂ ਔਰੇਂਜ ਖਾਣੇ ਚਾਹੀਦੇ ਨੇ ਜੂਸ ਤਾਂ ਚਾਹੇ ਨਾ ਪੀਓ ਉਹ 'ਚ ਵਿਟਾਮਿਨ ਸੀ ਹੁੰਦਾ ਤਾਂ ਹੀ ਜਦੋਂ ਕੋਵਿਡ ਆਇਆ ਸੀਗਾ ਉਦੋਂ ਵੀ ਸਾਰੇ ਕਹਿੰਦੇ ਹੁੰਦੇ ਸੀ ਨਾ ਵੀ ਔਰੇਂਜ ਵੱਧ ਤੋਂ ਵੱਧ ਖਾਓ ਵਿਟਾਮਿਨ ਸੀ ਉਹ ਤੁਹਾਡੇ ਗਲੇ ਨੂੰ ਸੈੱਟ ਕਰਦਾ ਯੈਸ ਤੇ ਹੁਣ ਅਸੀਂ ਜੂਸ ਪੀਵਾਂਗੇ ਪਟਿਆਲੇ ਆ ਚੁੱਕੇ ਹਾਂ ਸਵੇਰੇ ਸਵੇਰੇ ਹਜੇ ਸਾਰੀਆਂ ਦੁਕਾਨਾਂ ਨਹੀਂ ਖੁੱਲੀਆਂ ਸਿਮਰਨ ਵੀ ਨਹੀਂ ਖੁੱਲਿਆ ਜੂਸ ਵਾਲੀ ਸ਼ੌਪ ਵੀ ਬੰਦ ਆ ਹੋ ਗਿਆ ਵੀਰੇ ਅੱਜ ਲੇਟ ਹੋ ਗਿਆ ਉਸਤਾਦ ਜੀ ਬਸ ਐਦਾਂ ਹੀ ਆ ਹੈ ਤੂੰ ਹੀ ਲਾਰੇ ਲੱਪੇ ਲਾਉਣ ਲੱਗ ਗਿਆ ਹੁਣ ਸਾਨੂੰ ਅਸੀਂ ਪਹੁੰਚ ਕੇ ਲੁਧਿਆਣੇ ਨੀਸ਼ਾ ਅਰੋੜਾ ਮੇਕਅਪ ਜਿਹੜੇ ਕਿ ਅੱਜ ਮੇਰਾ ਮੇਕਅਪ ਕਰਨਗੇ ਐਂਡ ਮੈਨੂੰ ਸੋਹਣੀ ਜੀ ਲੁੱਕ ਕ੍ਰੀਏਟ ਕਰਕੇ ਦੇਣਗੇ ਐਂਡ ਆਈ ਐਮ ਲੁਕਿੰਗ ਫਾਰਵਰਡ ਟੂ ਦਿਸ ਸ਼ੂਟ ਮੈਂ ਬਹੁਤ ਐਕਸਾਈਟਡ ਹਾਂ ਥੈਂਕ ਯੂ ਕਿਰਤ ਮੈਂ ਬਹੁਤ ਖੁਸ਼ ਹਾਂ ਕਿ ਆਪ ਮੇਰੇ ਪਾਸ ਆਏ ਹੋ ਔਰ ਮੈਂ ਆਪਕੋ ਫੁੱਲੀ ਸੈਟੀਸਫਾਈਡ ਕਰਕੇ ਭੇਜੂੰਗੀ ਯੈਸ ਭੂਆ ਜੀ ਦੀ ਬੇਟੀ ਹੈ ਜਿਹੜੀ ਖੁਸ਼ੀ ਉਹਨੇ ਵੀ ਸ਼ੂਟ ਕੀਤਾ ਸੀਗਾ ਇਹਨਾਂ ਨਾਲ ਐਂਡ ਬਹੁਤ ਸੋਹਣੀ ਲੁੱਕ ਕ੍ਰੀਏਟ ਕੀਤੀ ਸੀ ਤਾਂ ਮੈਂ ਮਤਲਬ ਕਿ ਸ਼ੋਰ ਹਾਂ ਕਿ ਅੱਜ ਮੇਰਾ ਜਿਹੜਾ ਮੇਕਅਪ ਹੋਏਗਾ ਬਹੁਤ ਜ਼ਿਆਦਾ ਸੋਹਣਾ ਹੋਏਗਾ ਤੇ ਕਰੀਏ ਸਟਾਰਟ ਫਿਰ ਆਪਾਂ ਥੈਂਕ ਯੂ ਸੋ ਮਚ ਥੈਂਕ ਯੂ ਸੋਹਣਾ ਨਾ ਕਿੰਨਾ ਪ੍ਰੀਟੀ ਆ ਸੋ ਸੋਹਣੀ ਜੀ ਜੁਐਲਰੀ ਵੀ ਆ ਚੁੱਕੀ ਆ ਫਰੋਮ ਲਕਸ਼ਮੀ ਸਟੋਰ ਦੋਕਲਾ ਹੈ ਸਪਨਾ ਮੇਕਅਪ ਐਂਡ ਹੇਅਰ ਦੇਖੋ ਕਿੰਨੇ ਜ਼ਿਆਦਾ ਸੋਹਣੇ ਹੋਏ ਆਲਰੇਡੀ ਤੇ ਹਜੇ ਪੂਰੀ ਲੁੱਕ ਆਉਣੀ ਆ ਮੈਨੂੰ ਆਲਰੇਡੀ ਇੰਨਾ ਜ਼ਿਆਦਾ ਵਧੀਆ ਲੱਗ ਰਿਹਾ ਐਂਡ ਤੁਸੀਂ ਨਾ ਬੇਸ ਵੀ ਐਨ ਨੈਚੁਰਲ ਜਿਹਾ ਰੱਖਿਆ ਜ਼ਿਆਦਾ ਪ੍ਰੋਡਕਟਸ ਨਹੀਂ ਲਗਾਏ ਮੈਂ ਦੇਖ ਰਹੀ ਸੀ ਬਿਲਕੁਲ ਥਿਨ ਲੇਅਰਸ ਤੁਸੀਂ ਲਗਾਈਆਂ ਵਿਚ ਹੈ ਨਾ ਜ਼ਿਆਦਾ ਵਧੀਆ ਲੱਗਦੀਆਂ ਜ਼ਿਆਦਾ ਕੇਕੀ ਮੇਕਅਪ ਨਹੀਂ ਲੱਗਦਾ ਐਂਡ ਹੇਅਰ ਕੀਤਾ ਆ ਗੁਰਦੀਪ ਨੇ ਬਹੁਤ ਵਧੀਆ ਹੇਅਰ ਕੀਤੇ ਆ ਥੈਂਕ ਯੂ ਤੁਸੀਂ ਲੱਭ ਹੀ ਲੈਂਦੇ ਹੋ ਸਾਨੂੰ ਹਾਂਜੀ ਬਸ ਜੀਪੀਐਸ ਲਾਇਆ ਤੁਹਾਡੇ ਪਿੱਛੇ ਪਿੱਛੇ ਕਿਵੇਂ ਤੁਸੀਂ ਵਧੀਆ ਤੁਸੀਂ ਫੇਰ ਆ ਨਹੀਂ ਖੇਚਲ ਕਰਨ ਦੀ ਕੋਈ ਨਹੀਂ ਇੰਨਾ ਬਚਾਉਂਦਾ ਥੈਂਕ ਯੂ ਸੋ ਮਚ ਕਿੰਨਾ ਕਿਊਟ ਕੇਕ ਆ ਇਹਨਾਂ ਦੇ ਕੇਕਸ ਹਮੇਸ਼ਾ ਇੰਨੇ ਘੈਂਟ ਹੁੰਦੇ ਆ ਇੰਨਾ ਕੁਛ ਬੱਚਿਆਂ ਲਈ ਵੀ ਆ ਤੁਸੀਂ ਕੋਈ ਨਾ ਪਹਿਲਾਂ ਬੈਠੋ ਆ ਜਾਓ ਪਨੀਰ ਸ਼ਾਹੀ ਪਨੀਰ ਸ਼ਾਹੀ ਪਨੀਰ ਥੈਂਕ ਯੂ ਸੋ ਮਚ ਤੁਸੀਂ ਸ਼ਾਹੀ ਪਨੀਰ ਵਾਓ ਆ ਬੱਚਿਆਂ ਲਈ ਸਾਨੂੰ ਤਿੰਨ ਅਰੇ ਇੱਥੋਂ ਜ਼ਿਆਦਾ ਦੋ ਸੀ ਤੁਹਾਡਾ ਹਾਂਜੀ ਕਿੰਨੇ ਕੁ ਦੋ ਰੁਪਿਆ ਤੁਹਾਨੂੰ ਬੱਟਾਂ ਵਾਲੀ ਬੰਦੇ ਹੋ ਹਾਂ ਬੱਟਾਂ ਵੱਡੀ ਜੀ ਲੱਗੇ ਪੱਕੇ ਤੁਸੀਂ ਕਿਸੇ ਪ੍ਰੋਫੈਸ਼ਨਲ ਨਹੀਂ ਸੋਹਣੀ ਬੰਨੀ ਜਿੰਨੀ ਵੀਰੇ ਨੇ ਸੋਹਣੀ ਬੰਨੀ ਆ ਸੀਰੀਅਸਲੀ ਵੀਰੇ ਕਹਿੰਦਾ ਮੈਂ ਪਹਿਲੀ ਵਾਰ ਬੰਨੀ ਕਿਸੇ ਦੇ ਬਟ ਸੀਰੀਅਸਲੀ ਲੱਗਦੀ ਨਹੀਂ ਬਹੁਤ ਜ਼ਿਆਦਾ ਸੋਹਣੀ ਬੰਨੀ ਆ ਭਾਅ ਜੀ ਥੈਂਕ ਯੂ ਸੋ ਮਚ ਮੈਂ ਵੀਰੇ ਨੇ ਗੱਲਬਾਤ ਬਣਾ ਦਿੱਤੀ ਪੂਰੀ ਜੱਚ ਰਹੀ ਆ ਪੱਟੀ ਦਾ ਸਰ ਕੇ ਤੁਸੀਂ ਸੀ ਯੂ ਬ੍ਰਾਈਟ ਦਾ ਨਾਲ ਇੱਕ ਆਫਰ ਦਿਆ ਕਰੋ ਨਾ ਵੀ ਪੱਟੀ ਅਸੀਂ ਖੁਦ ਹੀ ਬੰਨਦੇ ਆ ਦੇਖੋ ਓਕੇ ਓਕੇ ਜੁੱਤੀ ਨਹੀਂ ਲਿਆ ਨਹੀਂ ਕਰ ਦਾਂਗੇ ਪਾਉਣ ਦੀ ਕੋਈ ਚੱਕਰ ਇਹ ਨਹੀਂ ਬੈਲਟ ਲਾਈਕ ਕੀ ਰੱਖ ਲੈਂਦੇ ਲਾਈਕ ਕਿਤੇ ਪਤਾ ਤੇ ਕਿਹਦਾ ਹੈ ਸੋਹਣੇ ਲੱਗ ਰਿਹਾ ਹਾਂਜੀ ਕਿਵੇਂ ਲੱਗਿਆ ਮੇਕਅਪ ਬਹੁਤ ਸੁੰਦਰ ਬਹੁਤ ਸੁੰਦਰ ਮੇਕਅਪ ਹੇਅਰ ਜੁਐਲਰੀ ਲਹਿੰਗਾ ਐਵਰੀਥਿੰਗ ਬਹੁਤ ਕੈਂਡਾ ਵਾਓ ਮੈਂ ਵੀ ਕਹਦਾ ਵਾਓ ਆ ਤੁਸੀਂ ਜਾਰਡਨ ਜੀ ਰੱਖ ਲੈਣਾ ਸੋਹਣੀ ਲੱਗ ਰਹੀ ਨਾ ਪੱਗ ਕਿੰਨੀ ਸੋਹਣੀ ਬੰਨੀ ਹੈ ਬਹੁਤ ਜ਼ਿਆਦਾ ਸੋਹਣੀ ਬੰਨੀ ਆ ਅੱਜ ਤੱਕ ਦੀ ਸਭ ਤੋਂ ਸੋਹਣੀ ਪੱਗ ਕਰ ਬਹੁਤ ਜ਼ਿਆਦਾ ਸੋਹਣੀ ਮੇਰਾ ਰਿਐਕਸ਼ਨ
हमारी फाइनल लुक चलो ठंड कि ਧੁੱਪ ਨਿਕਲ ਆਈ ਲੱਗਦਾ ਨਹੀਂ ਸੀ ਤੁਹਾਡੀ ਵਾਈਫ ਕਿੱਥੇ ਆ ਪੁੱਛ ਵਾਲੇ ਤੈਨੂੰ ਪੂਰੇ ਪੂਰੇ ਤੁਰੇ ਆ ਰਹੇ ਹਾਂ ਤੁਹਾਨੂੰ ਮੈਂ ਕੀ ਪੁੱਛ ਰਿਹਾ ਵੀਰੇ ਭਾਬੀ ਕਿੱਥੇ ਨੇ ਉਹ ਆ ਰਹੀ ਹੈ ਬਾਪੂ ਆ ਜਾ ਆ ਜਾ ਹੁਣ ਵਿਆਹ ਨੂੰ ਸਾਲ ਹੋ ਗਏ ਹੁਣ 5-6 ਸਾਲ ਹੈ ਤਾਂ 5 ਦੀ ਸਾਲ ਹੋਇਆ 5 ਤਾਂ ਬਹੁਤ ਹੁੰਦੇ ਨੇ ਸਰਕਾਰਾਂ ਬਦਲ ਲੈਂਦੀਆਂ ਨੇ ਸ਼ੂਗਰ ਡ੍ਰੀਮਸ ਵਾਲਿਆਂ ਨੇ ਸਾਨੂੰ ਭੇਜਿਆ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਸੋਹਣਾ ਕੇਕ ਹਰ ਵਾਰ ਨਵਾਂ ਜਿਹਾ ਕਨਸੈਪਟ ਹੁੰਦਾ ਹਨਾ ਬਹੁਤ ਜ਼ਿਆਦਾ ਕਿਊਟ ਹੈ ਮਤਲਬ ਡਿਫਰੈਂਟ ਹੈ ਮੈਂ ਇਦਾਂ ਦਾ ਕੇਕ ਨਹੀਂ ਦੇਖਿਆ ਡੋਨਟ ਕਾਈਂਡ ਆਫ ਨਾ ਕਿਵੇਂ ਕੱਟ ਦਾ ਕਰ ਲਈ ਕੱਟ ਦਾ ਕੱਟ ਦਾ ਥੈਂਕ ਯੂ ਸ਼ੂਗਰ ਡ੍ਰੀਮਸ ਮੈਂ ਵੀ ਖਾਉਂਗਾ ਬਹੁਤ ਯਮੀ ਆ ਆਲਵੇਸ ਸਭ ਹੋ ਰਿਹਾ ਕਿ ਕਿਹੜੇ ਰੋਡ ਤੇ ਆ ਖਾ ਲਓ ਵੀਰੇ ਕੇਕ ਜੀ ਵੈਗਨਰ ਦੀ ਡਾਰ ਆ ਚੁੱਕੀ ਆ ਡੋਲੀ 5 ਸਾਲ ਪਹਿਲਾਂ ਉੱਠ ਚੁੱਕੀ ਸੀ ਅੱਜ ਦੁਬਾਰਾ ਚੱਕ ਲਈ ਮੇਰੇ ਵੱਲ ਨਾ ਆਂਦੀ ਜਮਾ ਵੀ ਮੈਂ ਭੱਜ ਲੂੰਗੀ ਫਿਰ ਨੇ ਮੈਨੂੰ ਯਾਦ ਰਹਿਣਾ ਵੀ ਲਹਿੰਗਾ ਪਾਇਆ ਹੋਇਆ ਕੁੱਤਨ ਦੇ ਕੇ ਕਰਦੇ ਰਹੋ ਸੈਂਟਰ ਚ ਰੋਲਸ ਰੋਇਸ ਕਢਾ ਕੇ ਰੱਖ ਸਕਦੇ ਹੋ ਸੈਂਟਰ ਚ ਰੋਲਸ ਕਰ ਲਿਓ ਬਾਕੀ ਵਾਲੇ ਦਾ ਠੀਕ ਹੈ ਬੈਠੋ ਵੀ ਬੈਕ ਟੂ ਬਹਿ ਜਾਓਗੇ ਓ ਮਾਈ ਗੋਡ ਮੇਰੀ ਠੰਡ ਚ ਬੈਂਡ ਵੱਜ ਗਈ ਬੈਂਡ ਹੁਣ ਗੱਡੀ ਚ ਬੈਠ ਕੇ ਆਰਾਮ ਆਇਆ ਮੈਨੂੰ ਵਿਆਹ ਦੀ ਫੀਲਿੰਗ ਆ ਰਹੀ ਹੈ ਪੂਰੀ ਆ ਰਹੀ ਹੈ ਡੋਲੀ ਵਾਲੇ ਦੇ ਨਾਲ ਵੀ ਫੀਲਿੰਗ ਆ ਰਹੀ ਹੈ ਪਰ ਨਹੀਂ ਉਦੋਂ ਮੈਂ ਰੋ ਬਹੁਤ ਰਹੀ ਸੀ ਚਲ ਹੁਣ ਤੇਰੀ ਡੋਲੀ ਲੈ ਕੇ ਚੱਲੇ ਆਪਾਂ ਮੇਰੀ 5 ਸਾਲ ਬਾਅਦ ਰਹਿ ਗਈ ਸੀ ਪਹਿਲਾਂ ਨਹੀਂ ਫਿਰ ਐਨੀਵਰਸਰੀ ਹੋ ਗਈ ਨਾ 5 ਸਾਲ ਦੀ ਦੁਬਾਰੇ ਲੈ ਕੇ ਚੱਲੇ ਆ ਠੀਕ ਆ ਬਰਾਬਰ ਘਮਾਉਣੀ ਹੈ ਜੀ ਵੈਗਨਾ ਉਹਦਾ ਕਨਸੈਪਟ ਇਹ ਪੜਾ ਰਿਹਾ ਟ੍ਰੇਨਿੰਗ ਚੱਲ ਰਹੀ ਹੈ ਥੋੜੀ ਆ ਅੱਗੇ ਕਰਾ ਦੋ ਕਾ ਕਰ ਲਾ ਉਹ ਲੰਬਾ ਗਿਆ ਰਾਉਂਡ ਜ਼ਿਆਦਾ ਲੰਬਾ ਚੱਲ ਗਿਆ 70 ਆ ਗਿਆ 1 ਮਿੰਟ ਪਾਣੀ ਪਿਲਾ ਦੋ ਗਾਇਸ ਇਸ ਤੋਂ ਬਾਅਦ ਸਾਡੇ ਤੋਂ ਗਲਤੀ ਨਾਲ ਸਲੋਮੋ ਲੱਗਿਆ ਰਹਿ ਗਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਨੇ ਸਟਾਰਬਕਸ ਤੇ ਜਾ ਕੇ ਸ਼ੂਟ ਕੀਤਾ ਤੇ ਬਹੁਤ ਵਧੀਆ ਸ਼ੂਟ ਰਿਹਾ ਸੀਗਾ ਤੇ ਸਟਾਰਬਕਸ 'ਚ ਅਸੀਂ ਕਾਫੀ ਆਰਡਰ ਕੀਤੀ ਐਂਡ ਇੱਥੇ ਟੇਬਲ ਤੇ ਬਹਿ ਕੇ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਅਸੀਂ ਕਾਫੀ ਵੀ ਇੰਜੋਏ ਕੀਤੀ ਮੈਨੂੰ ਬੈਸਟ ਚੀਜ਼ ਇਹ ਲੱਗਦੀ ਹੁੰਦੀ ਹੈ ਕਿ ਜਦੋਂ ਸਾਰੇ ਰੈਂਡਮ ਜੇ ਸ਼ਾਟ ਹੁੰਦੇ ਨੇ ਹਨਾ ਨੈਚੁਰਲ ਜੇ ਹੁੰਦੇ ਆ ਉਹ ਜ਼ਿਆਦਾ ਵਧੀਆ ਲੱਗਦੇ ਆ ਇਨਸਟੈਡ ਆਫ ਕਿ ਅਸੀਂ ਇੱਕ ਜਗ੍ਹਾ ਤੇ ਖੜ ਕੇ ਸ਼ੂਟ ਕਰੀਏ ਤੇ ਜਿਹੜਾ ਸਾਡਾ ਮੈਲਬਨ 'ਚ ਹੋਇਆ ਸੀਗਾ ਉਹ ਵੀ ਸ਼ੂਟ ਬਹੁਤ ਵਧੀਆ ਗਿਆ ਸੀਗਾ ਐਂਡ ਗਾਇਸ ਸੀ ਉਹ ਬ੍ਰਾਈਡਲ ਵਾਲਿਆਂ ਦੇ ਆਊਟਫਿਟ ਵੀ ਬਹੁਤ ਜ਼ਿਆਦਾ ਸੋਹਣੇ ਸੀਗੇ ਸਾਰਾ ਸ਼ੂਟ ਬਹੁਤ ਵਧੀਆ ਗਿਆ ਤੇ ਸਾਨੂੰ ਪਰਸਨਲੀ ਬਹੁਤ ਵਧੀਆ ਲੱਗਿਆ ਹਲਵਾਈ ਸਾਹਿਬ ਹੁਣੀ ਆ ਗਏ ਜੀ ਆਇਆਂ ਨੂੰ ਭਾਈ ਸਾਰਿਆਂ ਨੂੰ ਹੈ ਖੁਸ਼ ਖੁਸ਼ ਆਓ ਤੇ ਖੁਸ਼ ਖੁਸ਼ ਜਾਇਓ ਹੈ ਨਾ ਠੀਕ ਹੈ ਤੇ ਅੱਜ ਪੱਠੀਆਂ ਲਿਆਏ ਚਲੋ ਵਧੀਆ ਅੱਛਾ ਹਲਵਾਈ ਪੜੇ ਦਾ ਆ ਗਿਆ ਅੱਜ ਕਰ ਦੋਗੇ ਸ਼ੁਰੂ ਕੰਮ ਹੈ ਸ਼੍ਰੀ ਗਣੇਸ਼ ਠੀਕ ਹੈ ਗੱਡੀਆਂ ਸਾਈਡ ਤੇ ਕਰੀਏ ਹੁਣ ਠੀਕ ਹੈ ਉਰੇ ਠੀਕ ਰਹੂਗਾ ਕੰਮ ਠੀਕ ਹੈ ਸੌਦਾ ਪੱਤਾ ਆ ਗਿਆ ਜੀ ਸਾਰਾ ਚੈੱਕ ਕਰ ਲਓ ਹਾਂ ਹਾਂ ਕੀ ਕੁ ਚੀਨੀ ਚੁਨੀ ਆ ਗਈ ਵੀ ਆਹ ਦੇਖੋ ਸਾਰੀ ਚੀਨੀ ਲੱਗ ਜਾਣੀ ਆ ਬਣ ਰਹੇ ਨੇ ਚੁੱਲ੍ਹੇ ਗੈਸ ਵਾਲੇ ਅੱਜ ਗੈਸ ਵਾਲੀਆਂ ਪੱਠੀਆਂ ਚਲਾਓਗੇ ਦੂਸਰੀਆਂ ਗੈਸ ਦੀ ਕਹਿੰਦੇ ਹੜਤਾਲ ਹੋ ਰਹੀ ਹੈ ਕੰਮ ਚਲਾਤਾ ਪੱਠੀਆਂ ਕਰਦੇ ਆ ਗਰਮ ਉੱਧਰ ਭਾਂਡੇ ਭੁੰਡੇ ਵੀ ਧੋਤੇ ਗਏ ਕੰਡਾ ਚਾਹੀਦਾ ਘੜੀ ਘੜੀ ਨੂੰ ਫਿਰ ਆਪਦੀ ਲਿਆਂਦਾ ਮੁੱਲ ਦਾ ਅਸੀਂ ਕਿਹਾ ਵੀ ਚੱਲ ਨਾਲੇ ਕੰਮ ਆਈ ਜਾਊਗਾ ਬਾਅਦ 'ਚ ਕੰਪਿਊਟਰ ਕੰਡਾ ਵੈਸੇ ਤਾਂ ਉਹ 2 ਕੰਡੇ ਪਏ ਨੇ ਆਪਣੇ ਕੋਲ ਉਹਨਾਂ ਦੇ ਵੱਟੇ ਹੈ ਨਹੀਂ ਹਜੇ ਸਿਲੰਡਰ ਵਗੈਰਾ ਭਰਾ ਲਏ ਸਾਰੇ
ਬਾਕੀ ਚਾਹੀਦੇ ਤਾਂ ਬਹੁਤ ਨੇ ਫਿਲਹਾਲ ਇੰਨੇ ਕੁ ਮਿਲੇ ਨੇ ਇਹ ਵੀ ਭੇਲੀ ਅਮਨ ਦੇ ਭਤੀਜੇ ਦੀ ਪਾਰਟੀ ਫਿਰ ਕਦੋਂ ਪਤਾ ਮਰਜੀ ਬੰਟੂ ਮਾਮੂ ਦੇ ਬੇਟੇ ਦੀ ਆਈ ਹੈ ਭੇਲੀ ਹੈ ਕਹਿੰਦਾ ਜੀ ਕੀ ਨਾਮ ਹੈ ਬੱਚੇ ਦਾ ਛੋਟੇ ਦਾ ਕੀ ਨਾਮ ਹੈ ਉਹਦੇ ਵੀਰ ਦੀ ਭੇਲੀ ਆਈ ਹੈ ਵੀ ਅੱਜ ਹੁਣ ਆਪਣੇ ਨਾ ਵਿਆਹ ਨਵਾਂ ਕਰਾਇਆ ਹੋਇਆ ਰੰਗ ਚੌਕ ਨਾਲ ਕਲਾਕਾਰੀ ਨੇ ਕਰ ਦਿਓ ਮੈਂ ਡਰਾਇੰਗ ਰੂਮ ਦੇ ਮੂਹਰੇ ਦੇਖਿਆ ਜੀ ਕੁਰਸੀਆਂ ਲਾ ਰੱਖੀਆਂ ਸੀ ਤੁਸੀਂ ਹਾਂ ਨਾ 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 ਸਾਰਿਆਂ ਨੂੰ ਤੇਰਾ ਨਾਮ ਪਤਾ ਹੈ ਵੀ ਸੁਖਨਾਜ ਹੈ ਬਾਬਾ ਫਿਰ ਵਿਆਹ ਵੀ ਲਿਖ ਦੂੰਗੀ ਉੱਤੇ ਨਹੀਂ 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 ਕੁਛ ਨਹੀਂ ਲਿਖਣਾ ਪੁੱਤ